ਤਾਂ ਚਲੋ ਫਿਰ ਮਿੱਤਰੋ ਅੱਜ ਤੁਹਾਨੂੰ ਲੈ ਕੇ ਚੱਲਦੇ ਹਾਂ ਟਿਕਟੋਕ ਦੀ ਹਨੇਰੀ ਗਲੀਆਂ ਦੇ ਵਿੱਚ ਜਿੱਥੇ ਪੰਜਾਬ ਦੇ ਵੱਡੇ ਵੱਡੇ ਮੁੱਠਲਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ। ਦਿਲ ਚੋਂ ਮੈਨੂੰ ਤੂੰ ਕੱਢਿਆ, ਮੇਰਾ ਕੱਢਣਾ ਬਾਕੀ ਹੈ, ਹਾਲੇ ਤਾਂ ਮੈਨੂੰ ਤੂੰ ਛੱਡਿਆ, ਮੇਰਾ ਛੱਡਣਾ ਬਾਕੀ ਹੈ। ਵਾਹ ਵਾਹ, ਵਾਟ ਦਾ ਫੱਕ। ਅੱਜ ਤੋਂ 5 ਸਾਲ ਪਹਿਲਾਂ ਪਤਾ ਮੈਂ ਕੀ ਸੋਚਦਾ ਸੀ, ਸਾਇੰਸ ਬੜੀ ਤਰੱਕੀ ਕਰ ਲਓ, ਦੁਨੀਆਂ ਬੜੀ ਐਡਵਾਂਸ ਹੋ ਜੂਗੀ, ਤੇ 5 ਸਾਲ ਬਾਅਦ ਪਤਾ ਮੈਂ ਕੀ ਦੇਖਿਆ, ₹150 ਮੈਂ ਜਮਤਾ ਹੈ ਤੋ ਜਲਦੀ ਭੇਜ ਉਸਕੋ, ਸਮਝਾ। ਸਾਡੇ ਬੂਥਿਆਂ ਤੇ ਫੁੱਦੂ ਲਿਖਿਆ, ਜੀ ਦਾ ਚਿੱਤ ਕਰਦਾ ਬਣਾ ਕੇ ਤੁਰ ਜੇ, ਆਹ ਮੰਦਰ ਦੀ ਘਾਟੀ ਜਿਹਾ ਹਾਲ ਹੋ ਗਿਆ, ਜੀ ਦਾ ਚਿੱਤ ਕਰਦਾ ਬਜਾ ਕੇ ਤੁਰ ਜੇ। ਚਾਲ ਚਾਲ, ਅੱਜ ਆਪਣੀ ਆ ਲਾਸਟ ਵੀਡੀਓ ਹੋ ਗਈ, ਠੀਕ ਆ, ਕਿਸੇ ਤਰ੍ਹਾਂ ਦੀ ਕੋਈ ਸਫਾਈ ਨੀ ਹੈਗੀ, ਕੁਛ ਵੀ ਹੈ ਨੀ ਗਾ, ਤੇ ਆਹ ਵੀਡੀਓ ਆਪਣੀ ਲਾਸਟ ਆ ਗਈ ਟਿਕਟੋਕ ਤੇ, ਬਹੁਤ ਪਾ ਲਈਆਂ ਹਨਾ, ਜਿੰਨਾ ਕੁ ਆਪਾਂ ਦਿਖਾਉਣਾ ਸੀਗਾ ਦਿਖਾਤਾ, ਮਨੋਰੰਜਨ ਕਰ ਲਿਆ, ਠੀਕ ਆ, ਟਿਕਟੋਕ ਤੇ ਮਨੋਰੰਜਨ ਕਰ ਲਿਆ, ਤੇ ਆਹ ਲਾਸਟ ਵੀਡੀਓ ਗਈ ਆਪਣੀ। ਇਸ ਘਟੀਆ ਲੱਕ ਨੂੰ ਨਾ ਸਹਾਰਦੇ ਹੋਏ ਪੰਜਾਬ ਦੇ ਕੁਝ ਹੋਣਹਾਰ ਸਟੂਡੈਂਟਾਂ ਨੇ ਖੁਦ ਅਵਤਾਰ ਲਿਆ। ਮੇਰੇ ਨਾਲ ਖੁਸਰਿਆਂ ਨੇ ਵੀ ਕੀਤਾ, ਬੰਦਿਆਂ ਨੇ ਵੀ ਕੀਤਾ, ਔਰਤਾਂ ਨੇ ਵੀ ਕੀਤਾ, ਕਾਲਿਆਂ ਨੇ ਵੀ ਕੀਤਾ, ਗੋਰਿਆਂ ਨੇ ਵੀ ਕੀਤਾ, ਠੀਕ ਹੈ, ਸਾਊਦੀਆਂ ਨੇ ਵੀ ਕੀਤਾ, ਇਮਰਾਤੀਆਂ ਨੇ ਵੀ ਕੀਤਾ, ਠੀਕ ਹੈ, ਛੋਟੇ ਛੋਟੇ ਬੱਚੇ ਨੇ ਵੀ ਕੀਤਾ। ਮੈਂ ਕਹਿਣਾ, ਠੀਕ ਆ, ਜ਼ਿੰਦਗੀ ਬਾਈ ਕਿਸੇ ਨੂੰ ਪਿਆਰ ਨਾ ਕਰੇ, ਉਹ ਮੁੰਡਾ ਚਾਹੀਦੀ ਕੁੜੀ ਆ ਬਾਈ, ਦੁੱਖੀ ਮਿਲਦੇ ਨੇ ਕੱਲਾ। ਜਾ ਗੰਨੇ ਵਾਲੀ ਕੋਲੇ ਮੇਰੀ ਵੀਡੀਓ ਵੱਜ ਜੇ ਨਾ, ਵਾਲੇ ਸਵਾਦ ਆ ਜਾਵੇ, ਪਤਾ ਨੀ ਕਿਹਦੇ ਕਮਾਦਾਂ ਚ ਵੜ ਵੜ ਕੇ ਗੰਨੇ ਤੋੜ ਤੋੜ ਕੇ ਖਾ ਰਹੀ ਹੈਗੀ, ਗੱਲਾਂ ਕਰ ਰਹੀ ਹੈ, ਸਾਡੇ ਪਿੰਡਾਂ ਦੀਆਂ ਕੁੜੀਆਂ ਅਸੀਂ ਮੰਨਦੇ ਹਾਂ, ਪਿੰਡਾਂ ਦੀਆਂ ਕੁੜੀਆਂ ਬਹੁਤ ਸਾਊ ਨੇ, ਪਰ ਉਹਨਾਂ ਜਿੰਨਾ ਗੰਦ ਕੋਈ ਨੀ ਪਾਉਂਦੀਆਂ। ਆ ਤਾਂ ਬੀਬੀ ਬਾਹਲਾ ਗਲਤ ਬੋਲ ਗਈ ਤੂੰ, ਨਜਾਇਜ਼ ਹੀ ਗਲਤ ਬੋਲ ਗਈ, ਮੈਂ ਜ਼ਰੂਰ ਤੇਰੀ ਵੀਡੀਓ ਉਹਦੇ ਤੱਕ ਪਹੁੰਚਦੀ ਕਰਨੀ ਚਾਹੂੰਗਾ, ਅਤੇ ਤੂੰ ਕਿਹਾ ਤੇਰੇ ਘਰਦਿਆਂ ਨਾਲ ਗੱਲ ਕਰ, ਤੇਰੇ ਘਰਦਿਆਂ ਮੈਨੂੰ ਕੋਈ ਕੁਛ ਨਹੀਂ ਜ਼ਰੂਰੀ, ਮੈਨੂੰ ਬਸ ਤੂੰ ਇੱਕ ਵਾਰੀ ਹਾਂ ਕਰ, ਜਿੱਥੇ ਕਹੇਗੀ ਲੈ ਜੂੰਗਾ, ਜਿੱਤਰਾ ਕਹੇਗੀ ਰੱਖੂੰਗਾ, ਖੁਸ਼ ਰੱਖੂੰਗਾ, ਆਪਣੇ ਸਿਰ ਦੀ ਸੌਂਹ ਖਾਂਦਾ ਯਾਰ, ਖੁਸ਼ ਰੱਖੂੰਗਾ, ਖੁਸ਼ ਜਿੰਨਾ ਕਹੇਗੀ ਪਿਆਰ ਕਰੂੰਗਾ, ਪਰ ਯਾਰ ਤੇਰੇ ਨਾਲ ਮੇਰਾ ਨਹੀਂ ਕੋਈ ਵੀ। ਭੈਣ ਚੋਦ ਕਿੰਨੀ ਵਾਰੀ ਕਿਹਾ ਸਸਤੇ ਨਸ਼ੇ ਕਰਕੇ ਟਿਕਟੋਕ ਨਾ ਬਣਾਇਆ ਕਰੋ, ਸਸਤੇ ਨਸ਼ੇ ਨਾ ਕਰਿਆ ਕਰੋ, ਇਹਨਾਂ ਨੇ ਬਣਾਉਣਾ ਹੈ, ਨਾਲੇ ਤੂੰ ਸਾਬਤ ਸੂਰਤ ਬੰਦਾ ਹੈ, ਤੂੰ ਇਹ ਚੀਜ਼ਾਂ ਕਰਦਾ ਚੰਗਾ ਲੱਗਦਾ ਗਾ, ਕੁਛ ਪੜ੍ਹਾਈ ਲਿਖਾਈ ਕਰਿਆ ਕਰ, ਪੜ੍ਹਿਆ ਲਿਖਿਆ ਕਰ, ਕੁਛ ਤੂੰ IAS ਬਣੋ ਔਰ ਦੇਸ਼ ਕੋ ਸੰਭਾਲੋ, ਲੇਕਿਨ ਨਹੀਂ ਤੁਮਾਰੀ ਗਾਣ ਮੈਂ ਚਨੂ ਨੇ ਕਾਟ ਰਹਾ ਹੈ। ਚਲੋ ਮਜ਼ਾਕ ਤਾਂ ਹੋ ਗਿਆ ਬਹੁਤ, ਜਿਹੜਾ ਬੁਰਾ ਲੱਗਦੀ ਹੈ ਜਿਹਦੀ ਗੱਲ, ਠੀਕ ਆ, ਆਪਾਂ ਉਹਨੂੰ ਗਲਤ ਬੋਲ ਲੈਂਦੇ ਹਾਂ, ਸੀਰੀਅਸ ਗੱਲ, ਹੁਣ ਮੈਂ ਸੀਰੀਅਸ ਗੱਲ ਦੱਸਦਾ, ਧਿਆਨ ਦੇ ਨਾਲ ਸਮਝ ਕੇ ਦੇਖਿਓ, ਪੰਜਾਬੀ ਬੋਲੀਆਂ ਦਾ ਇਤਿਹਾਸ, ਪੰਜਾਬੀ ਬੋਲੀਆਂ ਬਣਨੀਆਂ ਕਿੱਥੋਂ ਸ਼ੁਰੂ ਹੋਈਆਂ, ਉਹ ਜਿਹੜੀ ਸ਼ੁਰੂਆਤ ਆ ਉਹਨਾਂ ਨੂੰ ਬਹੁਤ ਹੀ ਸਿੰਪਲ ਤਰੀਕੇ ਨਾਲ ਇਹਨਾਂ ਕੁੜੀਆਂ ਨੇ ਦਿਖਾਇਆ ਹੈ, ਅਤੇ ਮੈਂ ਚਾਹੁੰਦਾ ਵੀ ਇਹਨਾਂ ਨੂੰ ਕੋਈ ਅਵਾਰਡ ਮਿਲਣਾ ਚਾਹੀਦਾ ਹੈ, ਅਤੇ ਤੁਸੀਂ ਇੱਕ ਵਾਰੀ ਦੇਖ ਲਓ ਪਹਿਲਾਂ, ਜੇ ਤੁਹਾਨੂੰ ਲੱਗਦਾ ਵੀ ਕੋਈ ਇਹ ਮਜ਼ਾਕ ਹੋਊ ਜਾਂ ਕੁਛ ਹੋਊਗਾ, ਤੁਹਾਨੂੰ ਵੇਖ ਕੇ ਆਪੇ ਪਤਾ ਲੱਗ ਜੂਗਾ ਵੀ ਟਿਕਟੋਕ 'ਤੇ ਚੰਗੇ ਲੋਕ ਵੀ ਹੈਗੇ ਆ,
ਚੰਗੀਆਂ ਗੱਲਾਂ ਵੀ ਹੈਗੀਆਂ ਏ, ਸੁਣ ਲਓ ਇੱਕ ਵਾਰੀ ਤੇ ਫਿਰ ਲਾਸਟ ਦੇ ਬਾਰੇ ਗੱਲ ਕਰਦੇ ਆ। ਬਾਰੀ ਵਰਸੀ ਖੱਟਣ ਗਿਆ ਸੀ, ਖਟਕੇ ਲਿਆਂਦਾ ਪਾਣੀ, ਆਏ ਹਾਏ ਆਏ ਹਾਏ। ਬਾਰੀ ਵਰਸੀ ਖੱਟਣ ਗਿਆ ਸੀ, ਖਟਕੇ ਲਿਆਂਦਾ ਪਾਣੀ, ਹਾਏ ਰਾਣੀ ਹਾਏ ਰਾਣੀ ਹਾਏ ਰਾਣੀ। ਬਾਰੀ ਵਰਸੀ ਖੱਟਣ ਗਿਆ ਸੀ, ਖਟਕੇ ਲਿਆਂਦਾ ਰੱਬ, ਆਏ ਹਾਏ ਆਏ ਹਾਏ। ਬਾਰੀ ਵਰਸੀ ਖੱਟਣ ਗਿਆ ਸੀ, ਖਟਕੇ ਲਿਆਂਦਾ ਰੱਬ, ਹਾਏ ਸੌਰਭ ਹਾਏ ਸੌਰਭ ਹਾਏ ਸੌਰਭ। ਬਾਰੀ ਵਰਸੀ ਖੱਟਣ ਗਿਆ ਸੀ, ਖਟਕੇ ਲਿਆਂਦਾ ਕੇਸ, ਆਏ ਹਾਏ ਆਏ ਹਾਏ। ਬਾਰੀ ਵਰਸੀ ਖੱਟਣ ਗਿਆ ਸੀ, ਖਟਕੇ ਲਿਆਂਦਾ ਕੇਸ, ਹਾਏ ਮੁਕੇਸ਼ ਹਾਏ ਮੁਕੇਸ਼। ਬਾਰੀ ਵਰਸੀ ਖੱਟਣ ਗਿਆ ਸੀ, ਖਟਕੇ ਲਿਆਂਦਾ ਟੀਕਾ, ਆਏ ਹਾਏ ਆਏ ਹਾਏ। ਬਾਰੀ ਵਰਸੀ ਖੱਟਣ ਗਿਆ ਸੀ, ਖਟਕੇ ਲਿਆਂਦਾ ਟੀਕਾ, ਹਾਏ ਅੰਕਿਤਾ ਹਾਏ ਅੰਕਿਤਾ ਹਾਏ ਅੰਕਿਤਾ। ਬਾਰੀ ਵਰਸੀ ਖੱਟਣ ਗਿਆ ਸੀ, ਖਟਕੇ ਲਿਆਂਦਾ ਸ਼ੇਕ, ਆਏ ਹਾਏ ਆਏ ਹਾਏ। ਬਾਰੀ ਵਰਸੀ ਖੱਟਣ ਗਿਆ ਸੀ, ਖਟਕੇ ਲਿਆਂਦਾ ਸ਼ੇਕ, ਆਏ ਅਭਿਸ਼ੇਕ ਆਏ ਅਭਿਸ਼ੇਕ। ਬਾਰੀ ਵਰਸੀ ਖੱਟਣ ਗਿਆ ਸੀ, ਖਟਕੇ ਲਿਆਂਦਾ ਕਿਸੂ, ਆਏ ਹਾਏ ਆਏ ਹਾਏ। ਬਾਰੀ ਵਰਸੀ ਖੱਟਣ ਗਿਆ ਸੀ, ਖਟਕੇ ਲਿਆਂਦਾ ਕਿਸੂ, ਹਾਏ ਸੀਸੂ ਹਾਏ ਸੀਸੂ ਭਾਈ। ਬਾਰੀ ਵਰਸੀ ਖੱਟਣ ਗਿਆ ਸੀ, ਖਟਕੇ ਲਿਆਂਦੀ ਟਿੱਕੀ, ਆਏ ਹਾਏ ਆਏ ਹਾਏ। ਬਾਰੀ ਵਰਸੀ ਖੱਟਣ ਗਿਆ ਸੀ, ਖਟਕੇ ਲਿਆਂਦੀ ਟਿੱਕੀ, ਹਾਏ ਬਿੱਕੀ ਹਾਏ ਬਿੱਕੀ ਹਾਏ ਬਿੱਕੀ। ਬਾਰੀ ਵਰਸੀ ਖੱਟਣ ਗਿਆ ਸੀ, ਖਟਕੇ ਲਿਆਂਦੀ ਨਿਕਾ, ਆਏ ਹਾਏ ਆਏ ਹਾਏ। ਬਾਰੀ ਵਰਸੀ ਖੱਟਣ ਗਿਆ ਸੀ, ਖਟਕੇ ਲਿਆਂਦੀ ਨਿਕਾ, ਹਾਏ ਮੋਨਿਕਾ। ਸਮਝ ਲੱਗ ਗਈ, ਲੱਗ ਗਈ ਸਮਝ ਗੁੱਸਾ ਕੀ ਹੁੰਦਾ ਆ ਗਈ ਨਾ। ਲਾਸਟ ਤੱਕ ਬੋਲੀਆਂ ਸੁਣ ਕੇ ਜਿਹੜਾ ਪਹਿਲਾਂ ਬਚਾਇਆ ਤੁਹਾਡੇ ਦਿਮਾਗ ਦੇ ਵਿੱਚ ਆਇਆ ਉਹਨੂੰ ਕਮੈਂਟ ਕਰ ਦਿਓ, ਸੰਗਣ ਦੀ ਲੋੜ ਨਹੀਂ ਹੈਗੀ। ਮੈਨੂੰ ਪਤਾ ਤੁਸੀਂ ਕੀ ਆਖਰ ਤੇ ਕਿਹਾ ਹੋਊਗਾ, ਮਾਰੋ ਮੁਝੇ ਮਾਰੋ ਮਾਰੋ ਮੁਝੇ ਮਾਰੋ ਮਾਰੋ। ਨਹੀਂ ਇਹ ਮਜ਼ਾਕ ਹੋ ਰਿਹਾ, ਇੱਕ ਸੈਕਿੰਡ ਯਾਰ, ਮਜ਼ਾਕ ਹੋ ਰਿਹਾ। ਇੱਕਦਮ ਇਹਨੂੰ ਨੇ ਵਕਤ ਬਦਲ ਦਿਆ, ਜਜ਼ਬਾਤ ਬਦਲ ਦਿਏ, ਜ਼ਿੰਦਗੀ ਬਦਲ ਦੀ। ਜਦੋਂ ਕੋਈ ਪਿਆਰ ਦੇ ਵਿੱਚ ਛੱਡ ਜਾਵੇ ਤੁਹਾਨੂੰ ਮਾੜਾ ਨਹੀਂ ਕਹਿਣਾ। ਛੱਡਣ ਵਾਲੇ ਦੇ ਦੋ ਹੀ ਕਾਰਨ ਹੋ ਸਕਦੇ ਨੇ, ਜਾਂ ਤਾਂ ਮਜਬੂਰ ਹੋਣਾ ਜਾਂ ਮਤਲਬੀ ਹੋਣਾ। ਕਿਹਨੇ ਕਿਹਨੇ ਤੇਰੇ ਨਾਲ ਸੱਜਣ ਫੜਨ ਵਾਲੀ ਗਲਤੀ ਕਰ ਲਈ ਹੈ। ਇੱਕ ਵਾਰੀ ਮੈਂ ਮਹਾਂਪੁਰਸ਼ ਦੇ ਦਰਸ਼ਨ ਕਰਨੇ ਚਾਹੂੰਗਾ। ਆਪਕੀ ਉਮਰ ਹੈ 44, ਫਿਰ ਵੀ ਮੈਂ ਆਪਸੇ ਪਿਆਰ ਕਰਤੀ ਹੂੰ ਮੇਰੀ ਜਾਨ, ਮੁਝੇ ਫੋਨ ਕਰੋ। ਲੌੜੀ ਨਾਮ ਹੈ ਤੇਰਾ, ਲੌੜੀ ਸਮਝਾ।